ਤਖਲਸ ਆਪਣਾ ਰੱਖਿਆ ਕਸੂਰਮੰਦ। ਉਹ ਆਪਣੇ ਡੇਰੇ ਉੱਤੇ ਬੈਠਾ ਸੀ, ਤਿੰਨ ਚਾਰ ਆਦਮੀ ਆ ਗਏ। ਇੱਕ ਨੇ ਮੂੰਹ ਦੇ ਵਿੱਚ ਮਸਵਾਕ ਪਾਈ, ਚਿੱਟਾ ਉਹਦਾ ਲਿਬਾਸ ਸੀ, ਤੇ ਉਹਨੂੰ ਉਹ ਮਸਲੇ ਸੁਣਾਉਣ ਲੱਗ ਪਏ। ਜਦੋਂ ਮਸਲੇ ਕਰਦੇ ਰਹੇ ਕਰਦੇ ਰਹੇ ਕਰਦੇ ਰਹੇ, ਜਦੋਂ ਟੁਰਨ ਲੱਗੇ ਤੇ ਮੀਆਂ ਨੈਤ ਲਿਆਂਦੇ ਨੇ, ਇੱਕ ਮੇਰੀ ਵੀ ਸੁਣ ਜੋ ਨਿਕਲ ਜਾਈ। ਤੇ ਜਿਹੜਾ ਮਸਵਾਕ ਕਰਨ ਡਿਆ ਸੀ ਨਾ, ਉਹਨੂੰ ਆਖਣ ਲੱਗੇ, ਇੱਕ ਗੱਲ ਤੂੰ ਮੈਨੂੰ ਦੱਸ ਯਾਰਾ, ਕਿਹੜੇ ਮਜ਼ਹਬ ਦੇ ਨਾਲ ਇਤਫਾਕ ਰੱਖਣਾ? ਇੱਕ ਗੱਲ ਤੂੰ ਮੈਨੂੰ ਦੱਸ ਭਾਈ ਕਿਆਲਿਆ, ਇੱਕ ਗੱਲ ਤੂੰ ਮੈਨੂੰ ਦੱਸ ਯਾਰਾ, ਕਿਹੜੇ ਮਜ਼ਹਬ ਦੇ ਨਾਲ ਇਤਫਾਕ ਰੱਖਣਾ? ਨਹਾ ਧੋ ਕੇ ਕੱਢਣਾ ਚੀਰ ਸਿੱਧਾ ਮੂੰਹ ਵਿੱਚ ਪਾਈ, ਮਸਵਾਕ ਰੱਖਣਾ, ਹੱਥ ਮੂੰਹ ਧੋਣਾ ਮਲ ਮਲ ਕੇ, ਗਲ ਵਿੱਚ ਚਿੱਟੀ ਪੁਸ਼ਾਕ ਰੱਖਣਾ। ਇਹ ਕੀ ਦਸਤੂਰ ਹੈ ਕਸੂਰ ਮੰਦਾ, ਖੂਹ ਪਲੀਤ ਤੇ ਅਲੂ ਤੂੰ ਪਾਕ ਰੱਖਣਾ? ਫਿਰ ਮੀਆਂ ਨੈਤ ਲਿਆਂਦੇ ਨੇ, ਉਮਰ ਬੰਦਿਆ ਤੇਰੀ ਲੰਘਦੀ ਜਾਵੇ ਜਿਵੇਂ ਘੋੜਾ ਪਿਆ ਸਰਲਾਟੇ, ਕਦੀ ਵਾਲ ਸਨ ਤੇਰੇ ਛੱਲਿਆਂ ਵਾਲੇ ਅੱਜ ਕੱਢੇ ਨੀ ਚਿੱਟੇ, ਝਾਟੇ ਕਦੀ ਤੂੰ ਪਾਉਂਦਾ ਸਨ ਲੱਠੇ ਖਾਸ਼ੇ ਅੱਜ ਪਾਏ ਨੀ ਪੁਰਾਣੇ, ਪਾਟੇ ਕਸੂਰ ਮੰਦਾ ਉਹ ਛਦਰਿਓ ਨਹੀਂ ਪੂਰੇ ਹੋਣੇ ਜਿਹੜੇ ਪਹਿਣੀ ਲਾਹੌਰੋਂ ਘਾਟੇ। ਫੇਰ ਕਸੂਰਮੰਦ ਲਿਖਦੇ ਨੇ, ਵੇਖਾ ਕੱਲ ਕੀ ਸੀ ਤੇ ਅੱਜ ਕੀ ਹੈ, ਇਸ ਗੱਲ ਨੂੰ ਰੱਖ ਧਿਆਨ ਅੰਦਰ, ਸ਼ਾਹ ਜਹਾਨ ਤਖਤ ਜਿੱਥੇ ਰਿਹਾ ਕਰਦਾ ਉੱਲੂ ਬੋਲਣੇ ਨੀ ਉਸ ਮਕਾਨ ਅੰਦਰ, ਸੌਦੇ ਹੁਸਨ ਵਾਲੇ ਜਿੱਥੇ ਪੈ ਤੁਲਦੇ ਨੇ ਖੁੱਡਾਂ ਪੈਣੀਆਂ ਨੀ ਇਸ ਮਕਾਨ ਅੰਦਰ, ਕਸੂਰਮੰਦ ਐਵੇਂ ਆਕੜਾਂ ਫਿਰੇ ਕਰਦਾ ਸਦਾ ਰਹਿਣਾ ਨਹੀਂ ਤੂੰ ਇਸ ਜਹਾਨ ਅੰਦਰ। ਗੱਲ ਏ ਵੇ ਬਾਬਾ ਲਿਆ ਹਾਂ ਕਿੰਗ ਵਾਲਿਆ, ਤੇਰੀ ਕਿੰਗ ਕਿੱਥੇ ਵੇ? ਹੈਲੋ ਹੈਲੋ ਗੱਲ ਚੌਧਰੀ, ਅੱਜ ਗਾਉਣ ਦੀ ਤੇ ਕਮੀ ਕੋਈ ਨਹੀਂ, ਮੋਬਾਈਲਾਂ ਵਿੱਚ ਗਾਉਣੇ, ਕੇਬਲਾਂ ਵਿੱਚ ਗਾਉਣੇ, ਟੈਲੀਵਿਜ਼ਨਾਂ ਵਿੱਚ ਗਾਉਣੇ, ਜਿਹੜੀ ਗੱਲ ਫਨਕਾਰ ਕੋਲੋਂ ਇਸ ਤਰ੍ਹਾਂ ਪੁੱਛ ਲੈਣੀ ਹੈ ਨਾ, ਉਹ ਟੈਲੀਵਿਜ਼ਨ ਨੇ ਤੇ ਕੇਬਲ ਨੇ ਨਹੀਂ ਦੱਸਣੀ, ਕਿਉਂਕਿ ਸ਼ਾਇਰ ਲਿਖਦਾ ਜਿੱਥੇ ਜੰਮਿਆ ਇਸ਼ਕ ਮਾਪ ਰੂਮੀ, ਇੱਜ਼ਤ ਬੇਗ ਵੀ ਉਸੇ ਹੀ, ਕਿਉਂਕਿ ਸਭ ਤੋਂ ਪਹਿਲਾਂ ਇਸ਼ਕ ਹੈ। ਅੱਲਾ ਦੀ ਜ਼ਾਤ ਨੇ ਇਸ਼ਕ ਨੂੰ ਪੁੱਛਿਆ ਤੂੰ ਕਿਹਦੇ ਉੱਤੇ ਵਰਦ ਹੋਣਾ, ਇਸ਼ਕ ਨੇ ਆਖਿਆ ਤੇਰੇ ਉੱਤੇ। ਇਸ਼ਕ ਵਰਦ ਹੋਇਆ ਤੇ ਸੋਹਣੇ ਮਹਿਬੂਬ ਦਾ ਆਪਣੇ ਨੂਰ ਜੋ ਨੂਰ ਜਦਾ ਕੀਤਾ, ਤੇ ਫਿਰ ਇਸ਼ਕ ਦਾ ਉਸਤਾਦ ਵੀ ਹੈ ਕਿਹੜਾ? ਹਜ਼ਰਤ ਇਮਾਮ ਹੁਸੈਨ ਅਲੈਹ ਸਲਾਮ ਜਦੋਂ ਕਰਬਲਾ ਦੇ ਵਿੱਚ ਤਨਹਾਰ ਆ ਗਿਆ, 72 ਤਨ ਕੁਹਾ ਦਿੱਤੇ, ਇਸ਼ਕ ਨੇ ਉੱਥੇ ਸਜਦਾ ਕਰ ਦਿੱਤਾ। ਇਸ਼ਕ ਤੇ ਇਮਾਮ ਹੁਸੈਨ ਅਲੈਹ ਸਲਾਮ ਸਵਾਰ ਹੋਏ ਨੇ, ਹੋਰ ਕੋਈ ਨਹੀਂ ਹੋਇਆ। 1,00,000 ਪੈਗੰਬਰ ਜਿਹੜੇ ਨੇ ਆਪਣੇ ਬੇੜੇ ਅੜਾ ਕੇ ਬਹਿ ਰਹੇ, ਤੇ ਬਾਬਾ ਕਿੰਗ ਵਾਲਿਆ ਉਹ ਕਿਵੇਂ ਅੜਾ ਕੇ ਬਹਿ ਰਹੇ ਸਨ? ਹੈਲੋ ਜਿੱਥੇ ਜੰਮਿਆ ਓ
ਸ਼ੇਰ ਪੜਿਆ ਜਿੱਥੇ ਜੰਮਿਆ ਇਸ਼ਕ ਮਾਬ ਰੂਮੀ ਇੱਜ਼ਤ ਬੇਗ ਵੀ ਉਸੇ ਗਰਾਂ ਦਾ ਏ ਹੁਸਨ ਇਸ਼ਕ ਦੀ ਜਿਵੇਂ ਹੱਦ ਬੰਨੀ ਬੰਨਾ ਸਾਂਝਾ ਏ ਨਹੀਂ ਧੁੱਪ ਛਾਂ ਦਾ ਓ ਦੂਜੀ ਰਾਤ ਗੁਜਰਾਤ ਦੇ ਵਿੱਚ ਆ ਗਈ ਚਰਚਾ ਘਰ ਘਰ ਮਹੀ ਵਾਲ ਦੇ ਨਾਂ ਦਾ ਏ ਸੋਹਣੀ ਡੁੱਬ ਮੋਈ ਦਿਲ ਦਰਿਆ ਦੈਮ ਐਵੇਂ ਨਾਮ ਬਦਨਾਮ ਛਨਾਉਂਦਾ ਏ ਮਿਰਜ਼ਾ ਜਦ ਬੇਗ ਬਲਖ ਬਹਾਰੇ ਦਾ ਬਾਦਸ਼ਾਹ ਆ ਕੇ ਦਿੱਲੀ ਸ਼ਹਿਰ ਦੇ ਵਿੱਚ ਆਉਂਦਾ ਹੈ ਸੈਰ ਕਰਨ ਵਾਸਤੇ ਜਦੋਂ ਵਾਪਸ ਜਾਂਦਾ ਤੇ ਯਾਰਾਂ ਨੂੰ ਆਉਂਦਾ ਚਲੋ ਯਾਰ ਹੈ ਸ਼ਹਿਰ ਦੇ ਵਿੱਚੋਂ ਕੋਈ ਜਾਂਦਿਆਂ ਤੋਹਫਾ ਲੈ ਚਲੀਏ ਉਹ ਗੁਲਾਮ ਜਾਂਦੇ ਨੇ ਜਾ ਕੇ ਪੁੱਛਦੇ ਨੇ ਕਿ ਇਹ ਸ਼ਹਿਰ ਦੇ ਅੰਦਰ ਕਿਹੜੀ ਚੀਜ਼ ਮਸ਼ਹੂਰ ਹੈ ਲੋਕਾਂ ਨੇ ਆਖਿਆ ਬਾਬੇ ਤੁੱਲੇ ਘੁਮਿਆਰ ਦੇ ਭਾਂਡੇ ਬੜੇ ਖੂਬਸੂਰਤ ਨੇ ਬਹੁਤ ਮਸ਼ਹੂਰ ਨੇ ਉਹ ਗੁਲਾਮ ਜਾਂਦੇ ਨੇ ਬਾਬੇ ਦੀ ਦੁਕਾਨ ਤੇ ਜਾ ਕੇ ਖਲੋ ਜਾਂਦੇ ਨੇ ਬਾਬਾ ਤੁੱਲਾ ਕੌਣ ਹੈ ਅੱਲਾ ਦੀ ਜ਼ਾਤ ਜਿਹਨੇ ਇਹ ਭਾਂਡੇ ਬਣਾਏ ਨੇ ਇੱਕ ਦੂਜੇ ਨਾਲ ਨਹੀਂ ਰਲਦੇ ਤੇ ਸੋਹਣੀ ਕੌਣ ਹੈ ਸੋਹਣੀ ਸਰਕਾਰ ਹੈ ਹਜ਼ੂਰ ਪਾਕ ਸਰਕਾਰ ਨੇ ਇਹ ਘੁਮਿਆਰ ਉਹ ਹੀ ਹੈ ਆਂਦੇ ਨੇ ਤੂੰ ਤੇ ਇਸ ਘੁਮਿਆਰ ਦੀ ਗੱਲ ਕਰਨਾ ਮੈਂ ਉਸ ਘੁਮਿਆਰ ਨੂੰ ਵੇਖਿਆ ਉਹਨੇ ਇਹ ਭਾਂਡੇ ਬਣਾਏ ਨੇ ਤੇ ਜਦੋਂ ਗੁਲਾਮ ਆਉਂਦੇ ਨੇ ਆ ਕੇ ਬਾਬੇ ਦੀ ਦੁਕਾਨ ਤੇ ਖਲੋ ਜਾਂਦੇ ਨੇ ਤੇ ਜਦੋਂ ਵਹਿੰਦੇ ਨੇ ਭਾਂਡੇ ਬਹੁਤ ਸੋਹਣੇ ਨੇ ਤੇ ਜਦੋਂ ਬਣਾਉਣ ਵਾਲੀ ਵਹਿੰਦੇ ਨੇ ਤੇ ਆਖਿਆ ਜਦੋਂ ਮਿਰਜ਼ੇ ਨੂੰ ਦੱਸਿਆ ਉਹਨੇ ਵੀ ਜਾਣ ਜੋਗਿਆ ਨਹੀਂ ਰਹਿਣਾ ਆਖਿਰਕਾਰ ਇੱਕ ਬਰਤਨ ਲੈ ਜਾਂਦੇ ਨੇ ਚੌਧਰੀ ਉਹ ਬਹਿ ਜਾਓ ਉਹ ਜਾ ਕੇ ਬਰਤਨ ਜਿਸ ਵੇਲੇ ਬਾਬੇ ਇੱਜ਼ਤ ਬੇਗ ਨੂੰ ਵਿਖਾਉਂਦੇ ਨੇ ਮਿਰਜ਼ੇ ਨੂੰ ਤੇ ਆਂਦਾ ਚਲੋ ਯਾਰ ਮੈਨੂੰ ਉਸ ਦੁਕਾਨ ਤੇ ਲੈ ਚੱਲੋ ਮਿਰਜ਼ਾ ਆ ਜਾਂਦਾ ਆ ਕੇ ਦੁਕਾਨ ਤੇ ਖਲੋ ਜਾਂਦਾ ਤੇ ਬਾਬਾ ਤੁੱਲਾ ਪੁੱਛਦਾ ਹਾਂ ਬਈ ਜਵਾਨਾ ਤੂੰ ਭਾਂਡੇ ਲੈਣੇ ਚਾਹੁੰਦਾ ਆਖਿਆ ਬਾਬਾ ਜੀ ਗਾਹਕ ਤੇ ਜ਼ਰੂਰ ਹਾਂ ਪਰ ਮੈਂ ਤੇਰੀ ਦੁਕਾਨ ਦੀ ਸਿਫਤ ਕਰਨੀ ਚਾਹੁੰਦਾ ਉਹ ਮਿਰਜ਼ਾ ਕਿਵੇਂ ਦੁਕਾਨ ਦੀ ਸਿਫਤ ਕਰਦਾ ਇੱਕੋ ਚੱਕ ਤੇ ਹੱਥ ਹੱਥੀਆਰ ਕੋ ਇੱਕੋ ਗਾਉਣ ਵਾਲਾ ਇੱਕੋ ਹੀ ਘੜਨ ਵਾਲਾ ਇੱਕੋ ਮਿੱਟੀ ਤੇ ਐ ਕਮਿਆ
ਤੁਲਾ ਘਮਿਆਰ ਆਪਣੀ ਸੋਹਣੀ ਧੀ ਨੂੰ ਆਵਾਜ਼ ਮਾਰਦਾ, ਧੀਏ ਗਾਹ ਕਾਗਾ ਨੇ ਇਹਨਾਂ ਨੂੰ ਭਾਂਡੇ ਦੇ। ਤੇ ਜਦੋਂ ਸੋਹਣੀ ਆਉਂਦੀ ਏ ਤੇ ਮਿਰਜ਼ਾ ਭਾਂਡੇ ਮਹਿੰਗੇ ਲੈ ਲੈਂਦਾ, ਦੁਕਾਨ ਪਾ ਲੈਂਦਾ, ਲੋਕਾਂ ਨੂੰ ਆਵਾਜ਼ਾਂ ਮਾਰਦਾ, ਉਹ ਲੋਕੋ ਲੁੱਟ ਲਓ ਮੈਨੂੰ, ਤੇ ਆਵਾਜ਼ ਮਾਰਦਾ ਤੇ ਕੀ ਆਖਦਾ ਏ,